ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਸਾਹਿਬ ਜੀ ਕੇ ਆਨੇ ਸੇ ਪਹਿਲੇ ਯੇ ਜੋ ਧਰਤੀ ਥੀ, ਯੇ ਖਲਬਲ ਹੁਈ ਕਲਮਲ ਹੋਏ ਮੇਦਨੀ, ਅਰਦਾਸ ਕਰੇ ਲਿਵਲਾਈ। ਜੋ ਧਰਤੀ ਮੀਂਹ ਕੇ ਬਿਨਾ ਵਿਆਕੁਲ ਥੀ, ਔਰ ਇਕ ਮਨ ਹੋਕਰ ਪ੍ਰਾਰਥਨਾ ਕਰਤੀ ਹੈ, ਤੋ ਸਦਾ ਥਿਰ ਸੱਚਾ ਪ੍ਰਭ, ਤੋ ਸੱਚਾ ਪ੍ਰਭ ਇਸ ਪ੍ਰਾਰਥਨਾ ਕੋ ਗੌਰ ਸੇ ਸੁਨਤਾ ਹੈ। ਇਸੀ ਤਰ੍ਹਾਂ ਜਬ ਇਸ ਧਰਤੀ ਪਰ ਬਹੁਤ ਜ਼ਿਆਦਾ ਜ਼ੁਲਮ ਬੜ ਗਯਾ ਥਾ, ਤੋ ਪਹਿਲੇ ਅਕਾਲ ਪੁਰਖ ਨੇ ਇਸ ਧਰਤੀ ਪਰ ਆਨੇ ਕੇ ਲਿਏ ਬਹੁਤ ਸਾਰੇ ਅਵਤਾਰ ਧਾਰਨ ਕੀਏ, ਪਰ ਲੇਕਿਨ ਸਾਰੇ ਹੀ ਅਵਤਾਰ ਪਰਿਪੂਰਨ ਨਹੀਂ ਥੇ, ਸੰਪੂਰਨ ਨਹੀਂ ਥੇ। ਤਬ ਅਕਾਲ ਪੁਰਖ ਨੇ ਸੰਪੂਰਨ ਰੂਪ ਧਾਰਨ ਕਰਕੇ, ਗੁਰੂ ਨਾਨਕ ਸਾਹਿਬ ਜੀ ਨੇ ਅਕਾਲ ਪੁਰਖ ਨੇ ਇਸ ਧਰਤੀ ਕੀ ਪੁਕਾਰ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਕੇ ਰੂਪ ਮੇਂ ਯਹਾਂ ਪਰ ਆਨਾ ਕੀਆ। ਯਹਾਂ ਪਰ ਉਸ ਸਮੇਂ ਕੇ ਰਾਜਨੀਤਿਕ, ਸਮਾਜਿਕ, ਆਰਥਿਕ ਔਰ ਧਾਰਮਿਕ ਸਾਰੀ ਹੀ ਦਿਸ਼ਾਏ ਬਹੁਤ ਹੀ ਜ਼ਿਆਦਾ ਨਿਵਾਰਤਾ ਕੀ ਤਰਫ ਥੀ। ਗੁਰੂ ਨਾਨਕ ਸਾਹਿਬ ਜੀ ਨੇ ਉਸ ਸਮੇਂ ਚਾਰ ਉਦਾਸੀਓ ਕੇ ਰੂਪ ਮੇਂ ਸਿੱਧੋ ਕੋ, ਨਾਥੋ ਕੋ, ਜੋਗੀਓ ਕੋ, ਪੰਡਿਤੋ ਕੋ, ਪਾਂਧਿਓ ਕੋ, ਮਹਾਰਾਣੀਓ ਕੋ ਸੀਧੇ ਰਾਸਤੇ ਡਾਲਾ। ਗੁਰੂ ਨਾਨਕ ਸਾਹਿਬ ਜੀ ਕੀ ਪਹਿਲੀ ਉਦਾਸੀ ਸਨ 1500 ਮੇਂ ਮਰਦਾਨਾ ਜੀ ਕੋ ਸਾਥ ਲੇਕਰ ਆਰੰਭ ਹੋਈ। ਗੁਰੂ ਸਾਹਿਬ ਜੀ ਜਲੰਧਰ ਔਰ ਅਜੋਕੇ ਅੰਮ੍ਰਿਤਸਰ ਸਾਹਿਬ ਸੇ ਪ੍ਰਚਾਰ ਕਰਤੇ ਹੋਏ ਲਾਹੌਰ ਪਹੁੰਚਦੇ ਹੈ। ਵਹਾਂ ਸੇ ਚਲਕਰ ਸੈਦਪੁਰ ਮੇਂ ਭਾਈ ਲਾਲੋ ਕੀ ਗੋਦਰੇ ਕੀ ਰੋਟੀ ਮੇਂ ਦੂਧ, ਮਲਕ ਭਾਗੋ ਕੇ ਪਕਵਾਨ ਮੇਂ ਲਹੂ ਕਾ ਕੌਤਕ ਦਿਖਾ ਕਰ, ਨੇਕ ਔਰ ਹੱਕ ਸੱਚ ਕੀ ਕਮਾਈ ਕਾ ਗਿਆਨ ਬਖਸ਼ਾ, ਤੁਲੰਬਾ ਮੇਂ ਸੱਜਣ ਠੱਗ ਕਾ ਉਧਾਰ ਕੀਆ, ਤਲਵੰਡੀ ਜਾਕਰ ਆਪਣੇ ਮਾਤਾ ਪਿਤਾ ਕੀ ਅਸੀਸ ਲਈ ਔਰ ਪੂਰਬ ਕੀ ਲੰਬੀ ਯਾਤਰਾ ਕੇ ਲੀਏ ਚਲ ਪੜੇ। ਪਿਹੋਵਾ, ਕੁਰੂਕਸ਼ੇਤਰ ਔਰ ਪਾਣੀਪਤ ਸੇ ਹੋਤੇ ਹੋਏ ਗੁਰੂ ਸਾਹਿਬ ਜੀ ਦਿੱਲੀ ਪਹੁੰਚਦੇ ਹੈ। ਦਿੱਲੀ ਸੇ ਗੁਰੂ ਨਾਨਕ ਸਾਹਿਬ ਹਰਿਦੁਆਰ ਗਏ, ਜਹਾਂ ਕੁੰਭ ਕੇ ਮੇਲੇ ਮੇਂ ਪੰਡਿਤੋਂ ਸੇ ਗਿਆਨ ਚਰਚਾ ਕੀ। ਹਰਿਦੁਆਰ ਸੇ ਕੋਟਦਵਾਰ ਹੋਤੇ ਹੋਏ ਗੁਰੂ ਸਾਹਿਬ ਜੀ ਵਾਪਿਸ ਦਿੱਲੀ ਆਏ ਔਰ ਅਲੀਗੜ੍ਹ ਰਾਹੀਂ ਮਥੁਰਾ ਪਹੁੰਚੇ। ਮਥੁਰਾ ਮੇਂ ਧਰਮ ਸਥਾਨ ਪਰ ਪਾਪ ਭ੍ਰਿਸ਼ਟਾਚਾਰ ਦੇਖ ਕਰ ਭਾਈ ਮਰਦਾਨਾ ਜੀ ਕੇ ਸਵਾਲ ਕੇ ਜਵਾਬ ਕਾ ਇਕ ਪੰਡਿਤ ਨੇ ਜਬ ਕਹਾ ਕਲਯੁਗ ਆਯਾ ਹੈ, ਤੋ ਗੁਰੂ ਨਾਨਕ ਸਾਹਿਬ ਜੀ ਨੇ ਕਹਾ ਕਲਯੁਗ ਮਨੁੱਖੀ ਬਿਰਤੀ ਹੈ, ਸਮਝਾਤੇ ਹੋਏ ਰਾਮਕਲੀ ਰਾਗ ਮੇਂ ਸ਼ਬਦ ਉਚਾਰਨ ਕੀਆ। ਮਥੁਰਾ ਸੇ ਪ੍ਰਯਾਗਰਾਜ ਹਿੰਦੂ ਤੀਰਥੋ ਕੀ ਲੁਕਾਈ ਕੇ ਸੱਚੇ ਗਿਆਨ ਕਾ ਉਪਦੇਸ਼ ਦਿਆ। ਗੁਰੂ ਨਾਨਕ ਸਾਹਿਬ ਜੀ ਬਨਾਰਸ ਪਹੁੰਚਦੇ ਹੈ। ਯਹਾਂ ਏਕ ਬਾਗ ਮੇਂ ਚਤੁਰਦਾਸ ਨਾਮ ਕਾ ਮੂਰਤੀ ਪੂਜਕ ਸ਼ਿਵ ਭਗਤ ਗੁਰੂ ਸਾਹਿਬ ਜੀ ਕੀ ਮਹਿਮਾ ਸੁਣਕਰ ਚਰਚਾ ਕਰਨੇ ਕੇ ਲਿਏ ਆਯਾ। ਗੁਰੂ ਸਾਹਿਬ ਜੀ ਨੇ ਬਸੰਤ ਰਾਗ ਮੇਂ ਸ਼ਬਦ ਗਾਇਨ ਕਰਕੇ ਚਤੁਰਦਾਸ ਕਾ ਭਰਮ ਤੋੜਾ ਔਰ ਯਹ ਗੁਰੂ ਸਾਹਿਬ ਜੀ ਕਾ ਸਿੱਖ ਬਣਾ। ਆਜ ਕੇ ਲਿਏ ਇਤਨਾ ਹੀ, ਅਗਲੀ ਵੀਡੀਓ ਕੇ ਲਿਏ ਆਪ ਹਮਾਰੇ ਸਾਥ ਬਨੇ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।